ਅਸੀਂ ਫੈਸਲਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਡੇਰੇ ਪੰਥਕ ਹਿੱਤਾਂ ਨੂੰ ਮੁੱਖ ਰੱਖਦੇ ਹੋਇਆ ਔਰ ਪੰਥਕ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਦੀ ਮਾਨ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਅਸੀਂ ਇਹਨਾਂ ਚੋਣਾਂ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਇਹਦੇ ਵਿੱਚ ਆਪਣੇ ਆਪ ਨੂੰ ਚੋਣਾਂ ਤੋਂ ਬਾਹਰ ਰੱਖਣ। ਇਹ ਅੱਜ ਦਾ ਸਾਡਾ ਸਾਰਾ ਮੀਟਿੰਗ ਦਾ ਫੈਸਲਾ ਜੋ ਕੱਲ੍ਹ ਜਹਿਦਰ ਸਾਹਿਬ ਦਾ ਕੱਲ੍ਹ ਮੀਡੀਆ ਦੇ ਵਿੱਚ ਜੋ ਉਹਨਾਂ ਦਾ ਆਦੇਸ਼ ਆਇਆ ਕਿ ਤਨਖਾਹੀਆਂ ਹੋਣ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਉਹ ਘਰੋਂ ਬਾਹਰ ਨਹੀਂ ਜਾ ਸਕਦੇ, ਚੋਣ ਪ੍ਰਚਾਰ ਵਿੱਚ ਸ਼ਾਮਿਲ ਨਹੀਂ ਹੋ ਸਕਦੇ, ਕੁਦਰਤੀ ਗੱਲ ਹੈ ਫਿਰ ਚੋਣ ਵੀ ਜਿਹੜੀ ਹੈ ਨਹੀਂ ਲੜ ਸਕਦੇ। ਇਸ ਕਰਕੇ ਪਹਿਲਾਂ ਤਾਂ ਅੱਜ ਮੀਟਿੰਗ ਦੇ ਵਿੱਚ ਅਸੀਂ ਜੋ ਆਦੇਸ਼ ਹੋਇਆ ਉਹਦੇ ਸੰਬੰਧ ਦੇ ਵਿੱਚ ਸਾਰੀ ਸਥਿਤੀ, ਕਿਉਂਕਿ ਵੱਡਾ ਫੈਸਲਾ ਅਤੇ ਸਾਰੀ ਵਰਕਿੰਗ ਕਮੇਟੀ, ਜ਼ਿਲ੍ਹਾ ਪ੍ਰਧਾਨ, ਹਲਕਾ ਇੰਚਾਰਜ ਸਾਰਿਆਂ ਦੇ ਸਾਹਮਣੇ ਜਿਹੜੇ ਆ ਉਹ ਫੈਕਟਸ ਰੱਖੇ ਆ ਔਰ ਸਾਰੀ ਪਾਰਟੀ ਦਾ ਇਹੀ ਮਤ ਹੈ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਜਿਹੜੇ ਆ ਸਾਡੇ ਪਾਰਟੀ ਦੇ ਪ੍ਰਧਾਨ ਔਰ ਜੋ ਵੀ ਕੁਛ ਉਹਨਾਂ ਨੇ ਨੈਤਿਕ ਜ਼ਿੰਮੇਵਾਰੀ ਲਈ ਉਹ ਪਾਰਟੀ ਕਰਕੇ ਲਈ। ਅਸੀਂ ਕਦੇ ਵੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਬਾਹਰ ਨਹੀਂ ਜਾਣਾ। ਅੱਜ ਵੀ ਸਾਡੀ ਭਾਵਨਾ ਇਹ ਹੈ, ਕਿਉਂਕਿ ਵਰਕਰ ਅਸੀਂ ਵੀ ਚਾਹੁੰਦੇ ਹਾਂ ਕਿ ਥੱਲੇ, ਕਈਆਂ ਨੇ ਤਿਆਰੀ ਵੀ ਕੀਤੀ ਹੋਈ ਸੀ, ਕਈਆਂ ਨੇ ਇਲੈਕਸ਼ਨ ਵੀ ਸ਼ੁਰੂ ਕਰ ਲਈ ਸੀ, ਪਰ ਅਸੀਂ ਜਿਹੜੀ ਆ ਅੱਜ ਫਿਰ ਆਪਣੀ ਵੱਡੀ ਜ਼ਿੰਮੇਵਾਰੀ ਸਮਝਦਿਆਂ ਕਿ ਜਿਹੜਾ ਹੁਕਮ ਜੋ ਅਕਾਲ ਤਖਤ ਦਾ ਆਇਆ ਉਹ ਇਕੱਲੇ ਪ੍ਰਧਾਨ ਵਾਸਤੇ ਨਹੀਂ ਹੁੰਦਾ, ਕਿਉਂਕਿ ਪ੍ਰਧਾਨ ਜਿਹੜਾ ਪਾਰਟੀ ਦਾ ਪਰਿਵਾਰ ਦਾ ਮੁਖੀ ਹੁੰਦਾ। ਇਸ ਕਰਕੇ ਸਾਰਿਆਂ ਨੂੰ ਪੁੱਛਿਆ ਗਿਆ ਸੀ ਕਿ ਦੱਸੋ, ਤਾਂ ਕਹਿੰਦੇ ਕਿ ਜੇ ਪ੍ਰਧਾਨ ਸਾਹਿਬ ਨੂੰ ਆਦੇਸ਼ ਆਇਆ ਤਾਂ ਆਪਾਂ ਸਮਝੀਏ ਕਿ ਸਾਡੇ ਸਾਰਿਆਂ ਵਾਸਤੇ, ਕਿਉਂਕਿ ਅਸੀਂ ਕਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਬਾਹਰ ਨਹੀਂ ਗਏ। ਇਸ ਕਰਕੇ ਜੋ ਸਿੰਘ ਸਾਹਿਬ ਦਾ ਹੁਕਮ ਹੋਇਆ ਉਹਨੂੰ ਅਸੀਂ ਸਿਰੇ ਮੱਥੇ ਸਵੀਕਾਰ ਕੀਤਾ, ਭਾਵੇਂ ਸਾਨੂੰ ਪਤਾ ਹੈ ਕਿ ਕੁਛ ਭਾਵਨਾਵਾਂ ਵਰਕਰਾਂ ਦੀਆਂ ਜਿਹੜੀਆਂ ਨੇ ਉਹ ਹੁੰਦੀਆਂ ਨੇ ਕਿ ਲੜਿਆ ਜਾਵੇ, ਪਰ ਕਿਉਂਕਿ ਪਾਰਟੀ ਜ਼ਿੰਮੇਵਾਰੀ ਨੂੰ ਸਮਝਦੀ ਹੈ, ਇਸ ਕਰਕੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਜਿਹੜਾ ਮਤਾ ਪਾਸ ਕੀਤਾ ਉਹ ਚਾਰ ਸਫਿਆਂ ਦਾ ਮੈਂ ਤੁਹਾਨੂੰ ਸਾਰਿਆਂ ਨੂੰ ਹੁਣੇ ਜਿਹੜਾ ਵਟਸਐਪ 'ਤੇ ਸਾਂਝਾ ਵੀ ਜਿਹੜਾ 5-7 ਮਿੰਟ 'ਚ ਕਰ ਦਿਆਂਗਾ। ਅਤੇ ਅਸੀਂ ਫੈਸਲਾ ਲਿਆ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਵਡੇਰੇ ਪੰਥਕ ਹਿੱਤਾਂ ਨੂੰ ਮੁੱਖ ਰੱਖਦੇ ਹੋਇਆ ਔਰ ਪੰਥਕ ਜਿਹੜੀਆਂ ਸਾਡੀਆਂ ਸੰਸਥਾਵਾਂ ਨੇ ਉਹਦੀ ਮਾਨ ਮਰਿਆਦਾ ਨੂੰ ਕਾਇਮ ਰੱਖਦਿਆਂ ਹੋਇਆ ਅਸੀਂ ਇਹਨਾਂ ਚੋਣਾਂ ਜਿਹੜੀਆਂ ਚਾਰ ਜ਼ਿਮਨੀ ਚੋਣਾਂ ਇਹਦੇ ਵਿੱਚ ਆਪਣੇ ਆਪ ਨੂੰ ਚੋਣਾਂ ਤੋਂ ਬਾਹਰ ਰੱਖਣ। ਇਹ ਅੱਜ ਦਾ ਸਾਡਾ ਸਾਰਾ ਮੀਟਿੰਗ ਦਾ ਫੈਸਲਾ, ਕਿਉਂਕਿ ਕੁਦਰਤੀ ਗੱਲ ਹੈ ਜਦੋਂ ਇਲੈਕਸ਼ਨ ਨਹੀਂ ਲੜਦੀ ਪਾਰਟੀ ਕੁਛ ਨੁਕਸਾਨ ਹੁੰਦਾ, ਪਰ ਸਾਡੇ ਵਾਸਤੇ ਉਹ ਨੁਕਸਾਨ ਅਸੀਂ ਅਕਾਲ ਪੁਰਖ ਦੀ ਰਜ਼ਾ ਵਿੱਚ ਰਹਿੰਦੇ ਹੋਏ ਉਹ ਝੱਲਾਂਗੇ, ਪਰ ਅਸੀਂ ਜਿਹੜਾ ਉਹ ਹੁਕਮ ਤੋਂ ਬਾਹਰ ਨਹੀਂ ਜਾ ਸਕਦੇ, ਕਿਉਂਕਿ ਜਦੋਂ ਪ੍ਰਧਾਨ ਸਾਹਿਬ ਜਿਨ੍ਹਾਂ ਨੇ ਜਿਹੜੀ ਹੈ ਪਾਰਟੀ ਨੂੰ ਲੀਡ ਦੇਣੀ ਹੁੰਦੀ ਹੈ ਅਤੇ ਪ੍ਰਧਾਨ ਜਿਹੜਾ ਨਾ ਹੋਵੇ ਤਾਂ ਫਿਰ ਕੁਦਰਤੀ ਗੱਲ ਹੁੰਦੀ ਹੈ ਕਿ ਪਾਰਟੀ ਵਾਸਤੇ ਬਹੁਤ ਇਹਨਾਂ ਚੋਣਾਂ ਦੇ ਵਿੱਚ ਬੜੀਆਂ ਵੱਡੀਆਂ ਚੁਣੌਤੀਆਂ ਹੁੰਦੀਆਂ। ਸੋ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਫੈਸਲਾ ਕੀਤਾ। ਮੈਂ ਸਾਰੀ ਪਾਰਟੀ ਦਾ, ਪੂਰੀ ਵਰਕਿੰਗ ਕਮੇਟੀ ਦਾ ਵੀ, ਸਾਰੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਦਾ ਵੀ, ਸਾਰੇ ਹਲਕਾ ਇੰਚਾਰਜ ਸਾਹਿਬਾਨ ਦਾ ਵੀ ਤਹਿ ਦਿਲ ਤੋਂ ਧੰਨਵਾਦ ਕਰਦਾ, ਕਿਉਂਕਿ ਆਸ ਸਾਨੂੰ ਵੀ ਇਹੀ ਹੁੰਦੀ ਸਰ, ਕਿਉਂਕਿ ਅਸੀਂ ਜਿਹੜੀ ਹੈਗੀ ਆ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹਮੇਸ਼ਾ ਸਮਰਪਿਤ ਰਹੇ ਹਾਂ। ਇਸ ਕਰਕੇ ਇਹ ਜਿਹੜਾ ਅੱਜ ਦੀ ਮੀਟਿੰਗ ਦਾ ਫੈਸਲਾ। ਦੂਜਾ ਜਿਹੜਾ 28 ਤਰੀਕ ਦਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਦਾ ਫੈਸਲਾ, ਉਹ ਵੀ ਅੱਜ ਜਿਹੜਾ ਕੁਝ ਸਮੇਂ ਬਾਅਦ ਜਿਹੜੀ ਸਾਡਾ ਕੈਂਡੀਡੇਟ ਕੌਣ ਹੋਏਗਾ ਉਹ ਵੀ ਮੈਂਬਰਾਂ ਦੇ ਨਾਲ ਵਿਚਾਰ ਵਟਾਂਦਰਾ ਸਾਰਾ ਤਕਰੀਬਨ ਹੋ ਗਿਆ। ਅੱਜ ਵੀ ਅਸੀਂ ਕਮੇਟੀ ਨੂੰ ਵੀ ਬਰੀਫ ਕੀਤਾ, ਉਹ ਵੀ ਅੱਜ ਸ਼ਾਮ ਤੱਕ ਅਸੀਂ ਤੁਹਾਨੂੰ ਅਨਾਉਂਸ ਕਰਾਂਗੇ। ਆਇਆ ਬਿਆਨ ਉਹ ਕਹਿ ਰਹੇ ਆ ਵੀ ਅਸੀਂ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਮੀ ਚੋਣਾਂ ਰੋਕਣ ਤੋਂ ਲੜਨ ਤੋਂ ਨਹੀਂ ਰੋਕਿਆ, ਪਰ ਸਿਰ ਜਿਹੜਾ ਸੁਖਬੀਰ ਸਿੰਘ ਬਾਦਲ ਦੀ ਗੱਲ ਹੈ ਉਹ ਤਨਖਾਹੀ ਹੋਣ ਕਰਕੇ ਇਸ ਵਿੱਚ ਹਿੱਸਾ ਨਹੀਂ ਲੈ ਸਕਦੇ। ਪਤ ਗੱਲ ਇਹ ਹੈ ਕਿ ਜਦੋਂ ਅਸੀਂ ਸਮਝਦੇ ਹਾਂ ਕਿ ਕੋਈ ਗੱਲ ਨਹੀਂ, ਉਹਨਾਂ ਨੇ ਪ੍ਰਧਾਨ ਸਾਹਿਬ ਨੂੰ ਰੋਕਿਆ, ਪਰ ਪ੍ਰਧਾਨ ਦੇ ਨਾਲ ਬਾਕੀ ਵੀ ਮਹਿਸੂਸ ਕਰਦੇ ਆ ਕਿ ਪ੍ਰਧਾਨ ਜਿਹੜਾ ਹੈਗਾ, ਕਿਉਂਕਿ ਪ੍ਰਧਾਨ ਦੀ ਕੋਈ ਨਿੱਜੀ ਜਿਹੜੀ ਹੈ ਗਲਤੀ ਨਹੀਂ ਹੁੰਦੀ, ਜਿੰਨੇ ਫੈਸਲੇ ਹੁੰਦੇ ਨੇ ਉਹ ਸਾਰੇ ਸਾਂਝੇ ਰੂਪ 'ਚ ਹੁੰਦੇ, ਇਹ ਨੈਤਿਕ ਜ਼ਿੰਮੇਵਾਰੀ ਸਾਰਿਆਂ ਨੇ ਆਪਣੇ 'ਤੇ ਵੀ ਲਈ ਹੈ। ਚੀਮਾ ਸਾਹਿਬ ਕੀ ਨਹੀਂ, ਇਕੱਲਾ ਪ੍ਰਧਾਨ 'ਤੇ ਅਸੀਂ ਨਹੀਂ ਜ਼ਿੰਮੇਵਾਰੀ ਪਾ ਸਕਦੇ, ਕਿਉਂਕਿ ਪ੍ਰਧਾਨ 'ਤੇ ਉਦੋਂ ਜਿਵੇਂ ਅੱਜ ਫੈਸਲਾ ਹੋਇਆ ਇਸੇ ਤਰ੍ਹਾਂ ਹੀ ਫੈਸਲੇ ਪਹਿਲਾਂ ਹੁੰਦੇ ਨੇ, ਸਰਕਾਰਾਂ 'ਚ ਵੀ ਇਸੇ ਵੇਲੇ ਫੈਸਲੇ ਹੁੰਦੇ ਨੇ, ਕੁਛ ਸ਼ਿਕਾਇਤਾਂ ਕਰਨ ਵਾਲੇ ਵੀ ਉਦੋਂ ਇਸੇ ਤਰ੍ਹਾਂ ਹੀ ਬੈਠ ਕੇ ਨਾਲ ਫੈਸਲੇ ਦੇ ਵਿੱਚ ਸ਼ਾਮਿਲ ਹੁੰਦੇ, ਪਰ ਚਲੋ ਉਹ ਮੁੱਕਣਗੇ, ਅਸੀਂ ਤਾਂ ਨਹੀਂ ਮੁੱਕਣ ਸਕਦੇ।
ਕੀ ਕਾਰਨ ਹੈਗਾ ਕਿ ਬਾਰ ਬਾਰ ਪ੍ਰਧਾਨ ਜੀ ਦੇ ਜਿਹੜੀ ਸੁਣਵਾਈ ਸੀਗੀ ਉਹ ਟਾਲੀ ਜਾ ਰਹੀ ਹੈਗੀ ਆ? ਪੰਜਾਬ ਦੇ ਵਿੱਚ ਵੀ ਚਰਚਾਵਾਂ ਨੇ ਕਿ ਅਕਾਲੀ ਦਲ ਨੂੰ ਖਤਮ ਕਰਨ ਦਾ ਸ਼ਡਿਆਂਤਰ ਰਚਿਆ ਜਾ ਰਿਹਾ ਜਾਂ ਸੁਪਾਰੀ ਦੇ ਦਿੱਤੀ ਗਈ? ਚਲੋ ਮੈਂ ਇਹ ਕਿ ਜਿਹੜਾ ਸਾਡੇ ਤਖ਼ਤ ਸਾਹਿਬਾਨ ਦਾ ਕੋਈ ਹੁਕਮ ਹੁੰਦਾ ਉਹਦੇ ਤੇ ਅਸੀਂ ਕਦੀ ਵੀ ਕਿੰਤੂ ਪਰੰਤੂ ਨਹੀਂ ਕਰਦੇ। ਦੇਖੋ ਇਹ ਤਾਂ ਮੈਂ ਇਹਦੇ 'ਤੇ ਕਮੈਂਟ ਨਹੀਂ ਕਰ ਸਕਦਾ ਕਿਉਂਕਿ ਸਾਡੇ ਹਮੇਸ਼ਾ ਹੀ ਜਿਹੜਾ ਤੁਸੀਂ ਕਦੀ ਵੀ ਉਦਾਹਰਣ ਨਹੀਂ ਦੇਖੋਗੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਦੀ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਕੀਤਾ ਹੋਵੇ। ਇਸ ਕਰਕੇ ਇਹ ਤਾਂ ਤੁਸੀਂ ਸਿੰਘ ਸਾਹਿਬਾਨ ਨੂੰ ਪੁੱਛ ਸਕਦੇ ਹੋ। ਅਸੀਂ ਜਿਹੜਾ ਉਹਨਾਂ ਦਾ ਜਿਹੜਾ ਜੋ ਫੈਸਲਾ ਕੀਤਾ ਉਹਦੇ ਮੁਤਾਬਕ ਦੀ ਸਟੇਟਮੈਂਟ ਆਈ, ਉਹ ਕਹਿੰਦੇ ਸਾਰਾ ਕੁਝ ਸਕ੍ਰਿਪਟਡ ਹੈ। ਜੱਜਾ ਸਾਹਿਬ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਕਿ ਇਹ ਸਾਰਾ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਪਲੈਨ ਕੀਤਾ, ਔਰ ਨਾਲ ਹੀ ਉਹ ਇਸ ਗੱਲ ਦਾ ਵੀ ਜ਼ਿਕਰ ਕਰ ਰਹੇ ਕਿ ਅਕਾਲੀ ਦਲ ਭੱਜਣਾ ਚਾਹੁੰਦੀ ਹੈ, ਇਲੈਕਸ਼ਨ ਲੜਨਾ ਨਹੀਂ ਚਾਹੁੰਦੀ। ਮੈਂ ਤਾਂ ਕਹਿ ਰਿਹਾ ਕਿ ਇੱਥੇ ਆ ਕੇ ਇਲੈਕਸ਼ਨ ਲੜੋ। ਦੇਖੋ ਗੱਲ ਇਹ ਹੈ ਕਿ ਸਾਨੂੰ ਵੀ ਪਤਾ ਹੈ ਵੀ ਇਹ ਕਾਂਗਰਸ ਨੇ ਤੇ ਸਾਰੀ ਉਮਰ ਹੀ ਤਖ਼ਤਾਂ ਨਾਲ ਟੱਕਰ ਲਾ ਕੇ ਰੱਖੀ ਹੈ। ਉਹੀ ਭਾਸ਼ਾ ਅੱਜ ਜਿਹੜੀ ਹੈ ਉਹ ਕਾਂਗਰਸ ਦਾ ਸੂਬੇ ਦਾ ਪ੍ਰਧਾਨ ਬੋਲ ਰਿਹਾ, ਕਿਉਂਕਿ ਜਿਹੜੀ ਪਾਰਟੀ ਨੇ ਅਕਾਲ ਤਖ਼ਤ 'ਤੇ ਤੋਪਾਂ ਅਤੇ ਟੈਂਕਾਂ ਨਾਲ ਹਮਲਾ ਕੀਤਾ ਹੋਵੇ ਉਹਦੇ ਪ੍ਰਧਾਨ ਦੇ ਮੂੰਹ ਇਹੋ ਜਿਹੀ ਸਟੇਟਮੈਂਟ ਹੀ ਆ ਸਕਦੀ ਹੈ? ਕੋਈ ਚੰਗਾ ਸ਼ਬਦ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਹੀਂ ਆ ਸਕਦਾ। ਇਸ ਕਰਕੇ ਇਹਨਾਂ ਦੀ ਆਦਤ ਹੈ, ਬੋਲਦੇ ਰਹਿੰਦੇ। ਇਹ ਹਮੇਸ਼ਾ ਹੀ ਜਿਹੜਾ ਸਿੰਘ ਸਾਹਿਬਾਨਾਂ ਬਾਰੇ ਅਕਾਲ ਤਖ਼ਤ ਦੇ ਜਿਹੜੀ ਸਾਡੀ ਸੰਸਥਾ ਉਹਦੇ ਬਾਰੇ ਹਮੇਸ਼ਾ ਹੀ ਬੋਲਦੇ ਰਹਿੰਦੇ। ਚੀਮਾ ਸਾਹਿਬ, ਜਿਵੇਂ ਜਥੇਦਾਰ ਸਾਹਿਬ ਨੇ ਕਿਹਾ ਹੈਗਾ ਕਿ ਦੀਵਾਲੀ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ, ਤੁਹਾਨੂੰ ਆਸ ਹੈਗੀ ਆ ਹੁਣ ਵੀ ਦੀਵਾਲੀ ਤੋਂ ਬਾਅਦ ਫੈਸਲਾ ਜਲਦੀ ਹੀ ਆ ਜਾਊਗਾ? ਨਹੀਂ, ਚਲੋ ਅਸੀਂ ਤਾਂ ਹੱਥ ਜੋੜ ਕੇ ਬੇਨਤੀ ਕੀਤੀ ਹੈ, ਜੋਦਰੀ ਕੀਤੀ ਹੈ ਵੀ ਜਿੰਨੀ ਛੇਤੀ ਹੋਵੇ ਉਹ ਜਦੋਂ ਠੀਕ ਸਮਝਣ ਅਸੀਂ ਤਾਂ ਇੰਤਜ਼ਾਰ ਕਰ ਰਹੇ। ਇਸ ਕਰਕੇ ਉਹ ਤਾਂ ਡੇਟ ਉਹਨਾਂ ਨੇ ਫੈਸਲਾ ਕਰਨਾ। ਅਸੀਂ ਤਾਂ 30 ਤਰੀਕ ਨੂੰ ਜਿਹੜਾ ਹੁਕਮ ਆਇਆ ਸੀ ਤੇ 31 ਨੂੰ ਹੀ ਪ੍ਰਧਾਨ ਸਾਹਿਬ ਪੇਸ਼ ਹੋਏ। ਸੋ ਸਿੰਘ ਚੰਡਲ ਵੀ ਛੱਡ ਗਏ, ਬੀਜੇਪੀ ਚੋਂ ਚਲੇ ਗਏ, ਇਸ ਤਰੀਕੇ ਦੇ ਨਾਲ ਦੇਖੋ। ਦੇਖੋ ਗੱਲ ਇਹ ਹੈ ਕਿ ਜਦੋਂ ਪਾਰਟੀ ਥੋੜ੍ਹਾ ਜਿਹਾ ਸੰਘਰਸ਼ ਵਾਲੇ ਪੀਰੀਅਡ 'ਚ ਹੁੰਦੀ ਹੈ ਉਦੋਂ ਕੋਸ਼ਿਸ਼ ਤਾਂ ਸਾਰੇ ਉਹਨਾਂ ਲੋਕਾਂ ਨੂੰ ਚਾਹੀਦੀ ਹੈ ਕਿ ਜਿਨ੍ਹਾਂ ਨੇ ਚੰਗੇ ਵੇਲੇ ਪਾਰਟੀਆਂ ਦੇ ਵਿੱਚ ਐਡੇ ਐਡੇ ਵੱਡੇ ਰੁਤਬੇ ਹਾਸਲ ਕੀਤੇ, ਚਾਰ ਚਾਰ ਪੰਜ ਪੰਜ ਵਾਰੀ MLA ਬਣੇ, ਮੰਤਰੀ ਬਣੇ, ਅਤੇ ਸੰਘਰਸ਼ ਵਾਲੇ ਪਿੰਡ ਦੇ ਵਿੱਚ ਵੀ ਉਹਨਾਂ ਨੂੰ ਖੜਨਾ ਚਾਹੀਦਾ। ਹੁਣੇ ਪਿੱਛੇ ਉਹਨਾਂ ਨੂੰ ਪਾਰਲੀਮੈਂਟ ਦਾ ਮੈਂਬਰ ਵੀ ਬਣਾਇਆ ਸੀ, ਕੈਂਡੀਡੇਟ ਬਣਾਇਆ ਸੀ। ਇਸ ਕਰਕੇ ਤਾਂ ਹੁਣ ਉਹ ਦੱਸ ਸਕਦੇ ਆ ਕਿ ਇੱਕ ਦੇਸ਼ ਦੇ ਵਿੱਚ ਰੁਝਾਨ ਪੈ ਗਿਆ ਕਿ ਹਰ ਇਲੈਕਸ਼ਨ 'ਚ ਲੋਕ ਪਾਰਟੀ ਬਦਲ ਲੈਂਦੇ। ਚਲੋ ਉਹਨਾਂ ਦੇ ਖੈਰ ਪਹਿਲੀ ਵਾਰੀ ਬਦਲੀ ਹਾਲੇ, ਪਰ ਹੁਣ ਤਾਂ ਕਈ ਦੇਖੋ ਵੀ ਜਿਹੜੇ ਇੱਕ ਪਾਸੇ ਜਿੱਤ ਕੇ ਫਿਰ ਵੀ ਬਦਲ ਜਾਂਦੇ। ਇਹ ਰੁਝਾਨ ਕੋਈ ਚੰਗਾ ਰੁਝਾਨ ਨਹੀਂ ਹੈ। ਤੁਹਾਡਾ ਧੰਨਵਾਦ, ਤੁਸੀਂ ਜਾਣਕਾਰੀ ਦਿੱਤੀ ਪਰ ਮੈਨੂੰ ਜਾਣਕਾਰੀ ਹਾਲੇ ਨਹੀਂ ਹੈ। ਸਾਨੂੰ ਜੋ ਪ੍ਰਧਾਨ ਸਾਹਿਬ ਜਿਹੜਾ ਜਿਹੜੀ ਹੈ ਸਾਰਿਆਂ ਨਾਲ ਰਾਏ ਮਸ਼ਵਰਾ ਕਰ ਰਹੇ ਆ, ਜੋ ਫੈਸਲਾ ਫਾਈਨਲ ਆਏਗਾ ਉਹ ਤੁਹਾਡੇ ਨਾਲ ਅਸੀਂ ਜਦੋਂ ਮੇਰੇ ਕੋਲ ਪਹੁੰਚਿਆ ਮੈਂ ਤੁਹਾਨੂੰ ਨਾਲ ਦੀ ਨਾਲ ਕਨਵੇ ਕਰ ਦਿਆਂਗਾ। ਨਹੀਂ, ਇਹ ਭਾਵਨਾ ਨਹੀਂ ਹੈਗੀ, ਇੱਕ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਕਿਉਂਕਿ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਜਿਹੜੇ ਸਾਡੇ ਵਿਰੋਧੀਆਂ ਨੇ ਝੂਠੇ ਦੋਸ਼ ਲਾਏ ਆ, ਲੰਬੀ ਲਿਸਟ ਹੈ, ਤੁਸੀਂ ਸਾਰਿਆਂ ਨੇ ਮੀਡੀਆ 'ਚ ਬਹੁਤ ਵਾਰੀ ਪੜ੍ਹੀ ਹੈ। ਜਿਹੜਾ ਕੋਈ ਸਰਕਾਰ ਦੇ ਵਿੱਚ ਫੈਸਲਾ ਹੋਇਆ, ਜੋ ਕੁਝ ਪਾਰਟੀ ਦੇ ਵਿੱਚ ਹੋਇਆ, ਵੈਸੇ ਤਾਂ ਜਿਹੜੇ ਸ਼ਿਕਾਇਤਾਂ ਕਰਨ ਵਾਲੇ ਉਹ ਆਪ ਵੀ ਉਹਦਾ ਹਿੱਸਾ ਦਾ ਸੀ, ਪਰ ਅਸੀਂ ਸਾਰੇ ਸਮਝਦੇ ਹਾਂ ਜਿੰਨੇ ਵੀ ਸਰਕਾਰ ਦੇ ਵਿੱਚ ਸਾਥੀ ਰਹੇ ਹਾਂ ਜਾਂ ਪਾਰਟੀ ਦੇ ਵਿੱਚ ਸਾਥੀ ਰਹੇ ਹਾਂ ਕਿ ਜਿਹੜੀ ਜ਼ਿੰਮੇਵਾਰੀ ਪ੍ਰਧਾਨ ਸਾਹਿਬ ਨੇ ਲਈ ਹੈ ਉਹ ਪਾਰਟੀ ਦੇ ਬਿਹਾਫ 'ਤੇ ਲਈ। ਇਸ ਕਰਕੇ ਜਦੋਂ ਪਰਿਵਾਰ ਦੇ ਮੁਖੀ ਨੂੰ ਆ ਗਿਆ ਤਾਂ ਬਾਕੀ ਵੀ ਪਰਿਵਾਰ ਨੂੰ ਜਿਹੜੀ ਹੈ ਉਸ ਮੁਤਾਬਕ ਚੱਲਣਾ ਚਾਹੀਦਾ, ਕਿਉਂਕਿ ਇਸ਼ਾਰਾ ਜੇ ਉਹਨਾਂ ਦਾ ਪ੍ਰਧਾਨ ਸਾਹਿਬ ਵਾਲਾ ਤਾਂ ਸਾਰੇ ਪਰਿਵਾਰ ਨੂੰ ਉਸ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਚਾਹੀਦਾ। ਇਸ ਕਰਕੇ ਅਸੀਂ ਜਿਹੜਾ ਹੈਗਾ ਪ੍ਰਧਾਨ ਸਾਹਿਬ ਦਾ, ਕਿਉਂਕਿ ਅਸੀਂ ਸਮਝਦੇ ਹਾਂ ਕਿ ਸਾਡਾ
ਜਿਹੜਾ ਉਹ ਉਹਨਾਂ ਦੇ ਉੱਤੇ ਵੀ ਅਗਰ ਰੋਕ ਲੱਗੀ ਤਾਂ ਸਾਡੇ ਕਰਕੇ ਪਾਰਟੀ ਕਰਕੇ ਲੱਗੀ ਆ। ਇਸ ਕਰਕੇ ਅਸੀਂ ਸਾਰੇ ਸਾਂਝੇ ਤੌਰ 'ਤੇ ਫੈਸਲਾ ਕੀਤਾ, ਕੋਈ ਗੱਲ ਨਹੀਂ, ਅਸੀਂ ਕੋਈ ਕਿੰਤੂ ਪਰੰਤੂ ਤਾਂ ਨਹੀਂ ਕਿਸੇ ਫੈਸਲੇ 'ਤੇ ਕੀਤਾ। ਅਸੀਂ ਤਾਂ ਜੋ ਸਾਰਿਆਂ ਦੀ ਰਾਏ ਸੀ ਵੀ ਨਹੀਂ, ਫਿਰ ਪ੍ਰਧਾਨ ਸਾਹਿਬ ਨੇ ਵੀ ਤਾਂ ਸਾਡੀ ਜ਼ਿੰਮੇਵਾਰੀ ਲਈ ਆ। ਆਪਾਂ ਚਾਰ ਬਾਈ ਇਲੈਕਸ਼ਨਾਂ ਦੀ ਕੋਈ ਐਡੀ ਗੱਲ ਨਹੀਂ ਆ, ਇਹਦੇ ਤੋਂ ਬਾਹਰ ਰਹਿ ਸਕਦੇ, ਫਿਰ ਅੱਗੇ ਆਉਂਦੀਆਂ ਰਹਿੰਦੀਆਂ ਇਲੈਕਸ਼ਨ। ਨਹੀਂ ਦੇਖੋ ਦੇਖੋ ਗੱਲ ਇਹ ਆ ਨਾ ਕਿ ਜਿਹੜੀ ਆ ਅੱਜ ਜਿਹੜਾ ਫੈਸਲਾ ਹੈਗਾ ਪਾਰਟੀ ਦੀ ਸਭ ਤੋਂ ਜਿਹੜੀ ਸੁਪਰੀਮ ਬਾਡੀ ਆ ਉਹਦਾ ਫੈਸਲਾ। ਇਸ ਕਰਕੇ ਸਾਰਿਆਂ ਨਾਲ ਹੀ ਅਸੀਂ ਕੱਲ੍ਹ ਦਾ ਰਾਏ ਮਸ਼ਵਰਾ ਵੀ ਕਰ ਰਹੇ ਹਾਂ ਅਤੇ ਸਾਰਿਆਂ ਨੇ ਪਾਰਟੀ ਦਾ ਫੈਸਲਾ ਪ੍ਰਵਾਨ ਕੀਤਾ। ਜਿਹੜੀ ਐਸ ਜੀ ਪੀ ਸੀ ਦੀ ਚੋਣ ਹੈ ਉਹ ਕੌਂਸਟੀਟਿਊਸ਼ਨਲ ਕ੍ਰਾਈਸਿਸ ਖੜੀ ਹੋ ਜਾਂਦੀ ਹੈ ਜੇ ਉਹਨਾਂ ਦੀ ਐਨੂਅਲ ਚੋਣ ਨਾ ਹੋਵੇ। ਉਹ ਐਕਟ ਹੈ, ਉਹਦੇ 'ਚ ਇੱਕ ਡੇਟ ਤੱਕ ਉੱਥੇ ਸਿਰਫ ਪ੍ਰਧਾਨ ਦੀ ਅਤੇ ਅਹੁਦੇਦਾਰਾਂ ਦੀ ਐਗਜੈਕਟਿਵ ਚੋਣੀ ਹੁੰਦੀ, ਜਨਰਲ ਚੋਣ ਨਹੀਂ ਹੈ। ਉਹਨਾਂ ਦੇ ਮੈਂਬਰ ਤਾਂ ਆਲਰੇਡੀ ਇਲੈਕਟਡ ਹੈ, ਉਹ ਹਰ ਸਾਲ ਬਾਅਦ ਐਜ਼ ਪਰ ਦੀ ਐਕਟ ਉਹਨਾਂ ਦੀ ਐਗਜੈਕਟਿਵ ਜਿਹੜੀ ਹੈ ਉਹ ਦੁਬਾਰਾ ਬਣਦੀ। ਕੁਝ ਨਹੀਂ ਬਣੇਗੀ ਤਾਂ ਸਾਡਾ ਸਾਰਾ ਹੀ ਦਰਬਾਰ ਸਾਹਿਬ ਦਾ ਦੂਜੇ ਗੁਰੂ ਘਰਾਂ ਦਾ ਸਾਰਾ ਕੰਮ ਰੁਕ ਜਾਏਗਾ, ਕਿਉਂਕਿ ਬਜਟਰੀ ਅਪਰੂਵਲ, ਪੈਸੇ ਦਾ ਲੈਣ ਦੇਣ, ਸਾਰਾ ਕੁਛ ਉਹ ਜ਼ਿੰਮੇਵਾਰੀ ਐਗਜੈਕਟਿਵ ਦੀ ਹੈ। ਇਸ ਕਰਕੇ ਜੋ ਇੱਕ ਦਿਨ ਵੀ ਲੇਟ ਹੁੰਦੀ ਹੈ ਐਜ਼ ਪਰ ਐਕਟ ਤਾਂ ਉਹਨਾਂ ਦਾ ਸਾਡੇ ਗੁਰੂ ਘਰਾਂ ਦਾ ਕੰਮ ਖੜ ਜਾਂਦਾ। ਇਸ ਕਰਕੇ ਉਹਦਾ ਇਸ ਚੋਣ ਨਾਲ ਕੋਈ ਸੰਬੰਧ ਨਹੀਂ ਹੈ, ਇਹ ਤਾਂ ਜਨਰਲ ਜਿਹੜੀ ਲੋਕਾਂ ਦੇ ਵਿੱਚ ਜਨਤਕ ਇਲੈਕਸ਼ਨ ਹੈ, ਉਹਦਾ ਮੈਂਬਰ ਚੁਣੇ ਹੋਏ ਉਹਨਾਂ ਦਾ ਤਾਂ ਸਿਰਫ ਐਗਜੈਕਟਿਵ ਅਤੇ ਅਹੁਦੇਦਾਰ ਜਿਹੜੇ ਆ ਉਹ ਐਜ਼ ਪਰ ਐਕਟ ਹਰ ਸਾਲ ਦੁਬਾਰਾ ਚੁਣੇ ਜਾਂਦੇ ਆ। ਔਰ ਡੇਟ ਆ ਕਿ ਇਸ ਡੇਟ ਤੋਂ ਪਹਿਲਾਂ ਚੁਣੇ ਜਾਣੇ ਚਾਹੀਦੇ, ਉਹ ਡੇਟ ਉਸ ਉਹਨਾਂ ਹੀ ਨੋਟਿਸ ਹੁੰਦਾ ਉਹਨਾਂ ਹੁੰਦਾ ਉਹ ਉਸ ਲੈਵਲ ਉਹਨਾਂ ਦਿਨਾਂ ਤੱਕ ਹੀ ਕੰਮ ਕਰ ਸਕਦੀ ਹੈ ਐਗਜੈਕਟਿਵ, ਪਰ ਇੱਕ ਦਿਨ ਵੀ ਬਿਨਾਂ ਐਗਜੈਕਟਿਵ ਤੋਂ ਐਸ ਡੀ ਪੀ ਸੀ ਨਹੀਂ ਚੱਲ ਸਕਦੀ। ਇਹ ਤਾਂ ਹੁਣ ਹਾਊਸ 'ਚ ਜਿਹੜਾ ਹੈਗਾ ਉਹ ਕਈ ਵਾਰੀ ਉੱਥੇ ਹੋ ਵੀ ਜਾਂਦੀ, ਤਾਂ ਹਾਊਸ ਦਾ ਫੈਸਲਾ ਹੁੰਦਾ।